पंजाब च लगातार लग रहे बिजली के कट्टां नूं लैके श्रोमणी अकाली दल वल्लों कांग्रेस सरकार दे बिजली प्रबंधां दी पोल खोलदे होए रूपनगर दे विच डॉक्टर दलजीत सिंह चीमा दी अगवाई विच हथ पक्खियां वंड के पंजाब दी कांग्रेस सरकार खिलाफ रोस प्रदर्शन किया गया। पावर दे विच सरप्लस छड के गए सी सरदार प्रकाश सिंह बादल दे लोकां दे घरां दा विच पक्खी जिहड़ी है जिहड़े सूबे च इनवर्टर जिकनो बंद हो गए सी जनरेटर जिकनो बंद हो गए सी अज 6 महीने दे बाद 2022 साडी सरकार बणी कि ना ट्यूबलां वास्ते बिजली आ किसानां वास्ते ना घरां वास्ते बिजली आ ना इंडस्ट्री वास्ते बिजली आ ना दुकानदारां वास्ते 24 घंटे और लोकी बच्चियां नूं लै के धक्के दे रहे सरकार ते सरकार अपने शाही नाले दे के अपने एमएलए नूं खुश कर रही है कि 6 महीने रल के लुट लो हाले मेरी कुर्सी बची रहे तुसीं वी नाल मजे लैंदे रहो पर लोकां दी किसे नूं कोई चिंता नहीं। इस करके असीं इह सेवा मुखी सेवा जिहड़ी है अज रोपण ते शुरू कीती है। ਇਹ ਸਾਰੇ ਵੱਖ ਵੱਖ ਨਗਰਾਂ ਦੇ ਵਿੱਚ ਜਾਏਗੀ ਲੋਕਾਂ ਨੂੰ ਸੁਚੇਤ ਕਰੇਗੀ ਇਸ ਮਾੜੀ ਤੇ ਨਿਕੰਮੀ ਸਰਕਾਰ ਦਾ ਜਿਹੜੇ ਫਿਰ ਪੰਜਾਬ ਨੂੰ ਖਾਸ ਜਿਹੜਾ ਜਿੱਥੇ ਲੋਕੀ ਏਸੀ ਦੇ ਵਿੱਚ ਬੈਠੇ ਆਨੰਦ ਮਾਣਦੇ ਸੀ ਪੱਖਿਆਂ ਦੇ ਵਿੱਚ ਕੂਲਰਾਂ ਦੇ ਵਿੱਚ ਆਨੰਦ ਮਾਣਦੇ ਸੀ ਉਹ ਲੋਕੀ ਹੁਣ ਫਿਰ ਆਖੀਆਂ ਚੱਲ ਪਏ ਆ। ਚੀਮਾ ਸਾਹਿਬ ਇੰਡਸਟਰੀ ਦੇ ਕੱਟ ਦੀ ਵੀ ਗੱਲ ਕਹੀ ਜਾ ਰਹੀ ਹੈ ਕੋਵਿਡ ਦੇ ਦੌਰਾਨ ਪਹਿਲਾਂ ਇੰਡਸਟਰੀ ਬੰਦ ਸੀ ਪਹਿਲਾਂ ਹੀ ਬਹੁਤ ਬੁਰਾ ਹਾਲ ਸੀ ਉਹਦਾ ਜਿਹੜੀ ਇੰਡਸਟਰੀ ਦਾ 2 ਦਿਨ ਦਾ ਕੱਟ ਲਾਇਆ ਇੰਡਸਟਰੀ ਦਾ ਪਹਿਲਾਂ ਬਰੀ ਪਈ ਕੋਵਿਡ ਚ ਕਿੰਨਾ ਸਮਾਂ ਬੰਦ ਰਹੀ ਲੇਬਰਾਂ ਭੱਜ ਗਈਆਂ ਹੁਣ ਤੇ ਆ ਕੇ ਚੱਲੀਆਂ ਤੇ 2 ਦਿਨ ਦਾ ਬਰੀ ਕੱਟ ਲਾ ਤੇ ਜਿਹੜੇ ਗਰੀਬ ਉੱਥੇ ਨੌਕਰੀ ਕਰਦੇ ਆ ਦਿਹਾੜੀ ਕਰਦੇ ਦੂਜੇ ਕਰਦੇ ਉਹਨਾਂ ਰੋਟੀ ਕੌਣ ਰੱਖਦੇ ਜਿਹੜੀ ਪਹਿਲਾਂ ਤੁਸੀਂ ਵੀਕਐਂਡ ਲਾਕਡਾਊਨ ਦੂਜੇ ਲਾਕਡਾਊਨ ਨਾਈਟ ਕਰਫਿਊ ਇਹਨਾਂ ਨਾਲ ਮਾਰਿਆ ਤੇ ਹੁਣ ਤੁਸੀਂ ਇਹ ਕੰਮ ਕਰਦੇ ਹੋ ਚੀਫ ਸਾਹਿਬ ਬਿਜਲੀ ਸਰਕਲਸ ਕੀਤੀ ਗਈ ਸੀ ਤੁਹਾਡਾ ਸਰਕਾਰ ਵੱਲੋਂ ਕੀ ਮਿਸਮੈਨੇਜਮੈਂਟ ਆ ਟੋਟਲ ਮਿਸਮੈਨੇਜਮੈਂਟ ਆ ਵੱਡੇ ਲੈਵਲ ਤੇ ਕਰਪਸ਼ਨ ਆ ਕੰਪਨੀਆਂ ਦੇ ਕੇਸ ਹਾਰ ਕੇ ਉਹਨਾਂ ਨੂੰ 4400 ਕਰੋੜ ਦੇ ਫਾਇਦੇ ਦਿੱਤੇ ਆ ਸਟੇਟ ਦਾ ਪਟਾ ਲੱਗ ਗਿਆ। ਕਾਂਗਰਸੀ ਲੀਡਰ ਕਹਿ ਰਹੇ ਨੇ ਕਿ ਜਿਹੜੇ ਸਮਝੌਤੇ ਹੋਏ ਸੀਗੇ ਬਿਜਲੀ ਥਰਮਲ ਪਲਾਂਟਾਂ ਨਾਲ ਉਹ ਤੁਹਾਡੀ ਸਰਕਾਰ ਵੱਲੋਂ ਹੋਣੀ ਸੀ ਕਾਨੂੰਨੀ ਪੱਖ ਉਹਨਾਂ ਦਾ ਇੰਨਾ ਕੁ ਸੋਲਿਡ ਸੀਗਾ ਕਿ ਹੁਣ ਉਹਦੇ ਤੇ ਮੈਂ ਕਿਹਾ 4.5 ਸਾਲ ਨਿਕਲ ਗਏ ਉਹਦੇ 'ਚ ਕੋਈ ਨੁਕਸ ਕੱਢਿਆ ਕਿਉਂ ਉਹਨਾਂ ਕੰਪਨੀਆਂ ਨੂੰ ਤਾਂ 4400 ਕਰੋੜ ਰੁਪਇਆ ਜਾਣ ਬੁੱਝ ਕੇ ਮਿਲੀ ਭੁਗਤਣਾ ਕੇਸ ਹਾਰ ਕੇ ਤੁਸੀਂ ਹੋਰ ਦਿੱਤੇ ਸੱਚਾਈ ਜਿਹੜੀ ਹੈ ਕਰਪਸ਼ਨ ਇੰਨੀ ਭਾਰੀ ਹੋ ਚੁੱਕੀ ਹੈ ਸਰਕਾਰ ਦੀ ਜਾਂ ਕਰਪਸ਼ਨ ਦੀ ਭਾਰੀ ਹੋ ਸਰਕਾਰ ਦੀ ਰਣਨੀਤੀ ਸਰ ਤੁਸੀਂ ਕਿੱਦਾਂ ਦੇਖਦੇ ਹੋ ਲੰਚ ਡਿਪਲੋਮੈਸੀ ਚੱਲਦੀ ਪਈ ਆ ਲੇਕਿਨ ਲੋਕੀ ਸੜਕਾਂ ਦੇ ਉੱਤੇ ਨੇ ਸਰਕਾਰ ਦੀ ਪਾਲਿਸੀਜ਼ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਰਾਤ ਨੂੰ ਲਾਈਟਾਂ ਵਾਸਤੇ ਵੀ ਲੋਕੀ ਸੜਕਾਂ ਤੇ ਆ ਜਾਂਦੇ ਨੇ ਕਿੱਦਾਂ ਦੇਖ ਬਹੁਤ ਮਾੜੀ ਹਾਲਤ ਹੈ ਲੋਕਾਂ ਦੀ ਤੁਸੀਂ ਕਿਸੇ ਨਾਲ ਗੱਲ ਕਰ ਲਓ ਲੋਕਾਂ ਦੀਆਂ ਚੀਕਾਂ ਨਿਕਲ ਪਰ ਸਰਕਾਰ ਨੂੰ ਕੋਈ ਪਤਾ ਨਹੀਂ ਸੰਕਟ ਜੋ ਹੈ ਇਹ ਤੋਂ ਮੈਨ ਮੇਡ ਸੰਕਟ ਹੈ ਇਹ ਗਵਰਨਮੈਂਟ ਕੀ ਇਨਐਫੀਸ਼ੀਐਂਸੀ ਕਾ ਸੰਕਟ ਹੈ ये मिसमैनेजमेंट की वजह से संकट है ये करप्शन की वजह से संकट है। सरकार की तो किसी को चिंता नहीं सरकार का सरकार दिल्ली बैठी है अपनी कुर्सी बचाने के लिए सरकार दावतें दे रही है अपने फार्म हाउस में बैठकर कुछ हो सकता है कि इतना बड़ा संकट हो सारी स्टेट बंद पड़ी है इंडस्ट्री बंद पड़ी है किसान कुरला रहे हैं तो उधर शाही दावतें चल रही है। ਮੁਖਮੰਤਰੀ ਆਪਣੇ ਨਿਵਾਸ ਵੱਲ ਕਿਆ ਜ਼ਰੂਰਤ ਪੜ ਗਈ ਆਪਣੇ ਜੇ ਮੁਹਿੰਮ ਸ਼ੁਰੂ ਕੀ ਪੰਖੀ ਸੇਵਕ ਦੇਖੋ ਗੱਲ ਇਹ ਹੈ ਕਿ ਬੜੇ ਬਹੁਤ ਅਫਸੋਸ ਕੀ ਬਾਤ ਹੈ ਕਿ ਜੋ ਸੂਬਾ ਹਮਨੇ ਪਾਵਰ ਮੇਂ ਸਰਪਲਸ ਕਰਕੇ ਛੋੜਾ ਥਾ ਬਾਦਲ ਸਾਹਿਬ ਕੀ ਇਤਨੀ ਬੜੀ ਮਿਹਨਤ ਥੀ ਸਾਰੇ ਦੇਸ਼ ਮੇਂ ਜਿਸਕੀ ਉਦਾਹਰਣ ਦੀ ਜਾਤੀ ਥੀ ਆਜ ਵੋ ਸਟੇਟ ਯਹਾਂ ਇਸ ਲੈਵਲ ਪੇ ਪਹੁੰਚ ਗਈ ਹੈ ਕਿ ਨਾ ਘਰੋਂ ਕੇ ਲੀਏ ਬਿਜਲੀ ਹੈ ਨਾ ਖੇਤੀ ਕੇ ਲੀਏ ਟਿਊਬਲੋਂ ਕੇ ਲੀਏ ਬਿਜਲੀ ਹੈ ਨਾ ਇੰਡਸਟਰੀ ਕੇ ਲੀਏ ਬਿਜਲੀ ਹੈ ਨਾ ਦੁਕਾਨਦਾਰੋਂ ਕੇ ਲੀਏ ਬਿਜਲੀ और लोग सारा दिन सड़कों के ऊपर बैठ के धरने मार रहे हैं बच्चों के साथ बैठ के रातें गुजार रहे हैं लेकिन सरकार को कोई चिंता नहीं सरकार अपने एमएलए को लीडर्स को शाही खाने दावत दे करके
उनको खुश कर रही है कि हमारे साथ रहो, 6 महीने रल के लुटे, पंजाब की किसी को कोई चिंता नहीं। जहाँ जनरेटर नहीं बिकते थे, जहाँ जो है इन्वर्टर बंद हो गए थे बिकने के स्टेट में, वहाँ आज फिर ये पंखी दोबारा 18वीं सदी में ये सरकार लेके गई है। सो एक जागृति फैलाने के लिए सारी जगह के ऊपर ये वैन सब जगह जाएगी, लोगों को जागृत करेगी कि इस सरकार को चलता करो। जिस सरकार ने सरप्लस स्टेट को यहाँ ला के खड़ा कर दिया कि किसी भी के लिए बिजली नहीं है, तो ये एक जागृति मुहिम जो मुफ्त पक्की सेवा एक श्रोमणी अकाली दल और बहुजन समाज पार्टी दोनों पार्टियों ने रल के शुरू किया, ये अब गांव-गांव चले। जी प्रधान जी, क्या आप प्रदर्शन कर रहे हो आज? मैं मास्टर रामपाल व्याणा, जिला प्रधान बहुजन समाज पार्टी रोपड़। अज असी लोगों का हालात देखिया, घर बिजली जी लगातार गुल है और कट लग रहे हैं, लोग दुकाना पर बैठे परेशान है, मकाना में बैठे परेशान है, और किसान जेड़े हैं बड़े दुखी है, झोना नहीं लग रहा। इस गल करके बहुजन समाज पार्टी के श्रोमणी अकाली दल के वर्करां ने फैसला किया है कि जी मुफ्त पक्खी जी लोगों के घर तक पहुँचाई जाए, और 6 महीने इस पक्खी ना सारन। 6 महीने तो बाद जो बहुजन समाज पार्टी और श्रोमणी अकाली दल की सरकार आएगी, जिस तरह पहला बादल साहब ने 24 घंटे बिजली की सप्लाई दी थी, असी भी जी सांझी सरकार है वह लोगों 24 घंटे बिजली की सप्लाई देवे। इस गल करके अज जो मुफ्त पक्खी सेवा का जो प्रोग्राम है लिखा है, असी पिंड पिंड जाकर पक्खियां वंडांगे। केड़े कारण नाल प्रदर्शन हो रहा है? पंजाब सरकार जी 4 साल 4.5 साल तो महिला छुट्टी रही है, ओनू पता नहीं लगे कि पंजाब च की हो रहा, जिदे करके बिजली संकट पैदा होया। वह बिजली संकट करके जेड़े लोग एसिया थले रेंदे से, जेड़े लोग कूलर थले सौंदे थे, उन्होंने बिजली नहीं मिलती, उन्होंने जो गर्मी च रहने लिए मजबूर होना पै रहा। श्रोमणी अकाली दल हमेशा लोगों के नाल खड़े, लोगों की समस्या ध्यान रखा, अब वो समस्या हल करने लिए जी लोगों को गर्मी च रात कटनी पैनी, मेहनत करके भेंट करनी पैनी। रूपनगर तो सज्जन सिंह सैनी दी जीरो लाइन टीवी दे ली रिपोर्ट।